छोटे बार भी है ਇਹਨਾਂ ਦਾ ਜੀ 20,000 15,000 25 30 ਜਿਸ ਤਰ੍ਹਾਂ ਕਿਸੇ ਨੇ ਜਿਹੜੇ ਰੇਟ ਦਾ ਲੈਣਾ ਫਿਰ ਬਿਸਮਿਲ੍ਲਾਹ ਰਹਿਮਾਨ ਰਹੀਮ ਅਸਲਾਮ ਅਲੈਕਮ ਨਾਜ਼ਰੀਨ ਤੁਹਾਡਾ ਆਪਣਾ ਮੇਜ਼ਬਾਨ ਤਨਵੀਰ ਖਾਨ ਕਾਵਜ ਤੁਹਾਡੀ ਖਿਦਮਤ 'ਚ ਹਾਜ਼ਰ ਆ ਤੁਸੀਂ ਦੇਖ ਰਹੇ ਹੋ YouTube ਚੈਨਲ ਆਪਣਾ ਮੁੰਡੀ ਖੇਲ ਅੱਜ ਅਸੀਂ ਆਪਣੇ ਸਾਡੇ ਸ਼ੌਕਤ ਭਾਈ ਨੇ ਉਹਨਾਂ ਦੇ ਡੇਰੇ ਤੇ ਆਏ ਆ ਮਾਸ਼ਾਅੱਲਾ ਕੁਰਬਾਨੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਈਦ ਲਾਗੇ ਰਹਿ ਗਈ ਆ 10 11 ਦਿਨ 'ਚ ਈਦ ਆ ਮਾਸ਼ਾਅੱਲਾ ਔਰ ਸ਼ੌਕਤ ਭਾਈ ਜਿਹੜਾ ਨਾ ਬੱਚੇ ਲਿਆ ਕੇ ਵੇਚਦਾ ਪਿਆ ਇੱਥੇ ਇਸ ਟਾਈਮ ਇਹਨਾਂ ਕੋਲ ਬੱਚੇ ਨੇ ਲੇਲਾ ਆ ਛਤਰੇ ਨੇ ਉਹ ਤੁਹਾਡੇ ਨਾਲ ਆਪਣੇ ਸ਼ੇਅਰ ਕਰਨੇ ਆ ਇਹਨਾਂ ਕੋਲੋਂ ਪੁੱਛਣੇ ਆ ਇਹਨਾਂ ਦੇ ਬਾਰੇ 'ਚ ਔਰ ਇੱਥੇ ਮੈਂ ਦੇਖਿਆ ਕਿ ਕਸਟਮਰ ਵੀ ਆਏ ਨੇ ਉਹਨਾਂ ਦੇ ਉਹਨਾਂ ਨਾਲ ਵੀ ਗੱਲਬਾਤ ਕਰਵਾਉਂਦੇ ਹਾਂ ਕਿ ਉਹ ਕੀ ਆਪਣੇ ਉਹਨਾਂ ਦਾ ਕੋਈ ਰੇਟ ਸ਼ੇਅਰ ਬਣਿਆ ਕਿ ਨਹੀਂ ਬਣਿਆ ਤੇ ਚਲੋ ਸ਼ੌਕਤ ਭਾਈ ਨਾਲ ਗੱਲ ਕਰਨੇ ਆ ਅੱਛਾ ਜੀ ਨਾਜ਼ਰੀਨ ਅਸੀਂ ਸ਼ੌਕਤ ਭਾਈ ਲਾਗੇ ਖੜੇ ਹਾਂ ਸ਼ੌਕਤ ਭਾਈ ਨੂੰ ਪੁੱਛਣੇ ਆ ਕਿ ਕਿਹੜੀ ਕਿਹੜੀ ਨਸਲ ਦੇ ਬੱਚੇ ਨੇ ਇਹਨਾਂ ਦਾ ਕੀ ਰੇਟ ਆ ਔਰ ਜਿਹੜੇ ਲੇਲੇ ਨੇ ਹੋਰ ਇਹਨਾਂ ਨੇ ਕਿੰਨਾ ਕੁ ਮਾਲ ਜਿਹੜਾ ਵੇਚਿਆ ਅੱਗੇ ਦੱਸਦੇ ਪਏ ਸੀ ਭਾਈ ਕਿ ਸਾਡਾ ਮਾਲ ਹੋਰ ਵੀ ਆ ਰਿਹਾ ਬਾਕੀ ਇਹਨਾਂ ਨਾਲ ਗੱਲ ਕਰਨੇ ਆ ਅਸਲਾਮ ਅਲੈਕਮ ਭਾਈ ਵਾਲੇਕਮ ਤਾਂ ਭਾਈ ਆਪਣੇ ਮਾਸ਼ਾਅੱਲਾ ਤੁਹਾਡੇ ਡੰਗਰ ਅਸੀਂ ਦੇਖੇ ਨੇ ਮਾਸ਼ਾਅੱਲਾ ਬੱਚੇ ਬੜੇ ਪਿਆਰੇ ਨੇ ਇਹ ਕਿਹੜੀ ਕਿਹੜੀ ਨਸਲ ਦੇ ਨੇ ਬੱਚੇ ਭਾਜੀ ਇਹ ਚੁਲਸਤਾਨੀ ਵੀ ਨਸਲ ਦਾ ਬੱਚਾ ਹੈ ਜਿਹੜਾ ਇਹ ਵਾਲਾ ਛੋਟਾ ਜਿਹੜਾ ਹਾਂਜੀ ਦੋਂਦਾ ਹੈ ਜੀ ਇਹ ਦੋਂਦਾ ਵੀ ਵਜ਼ਨ ਇਹਦਾ 3 ਮਾਣ ਹੈ ਵਜ਼ਨ ਇਹਦਾ 3 ਮਾਣ 3 ਮਾਣ ਹੈ ਜਿਹੜਾ ਲਾਲ ਆ ਜੀ ਇਹ ਸਾਈਵਾਲ ਦਾ ਬੱਚਾ ਹੈ ਜੀ ਇਹ ਸਾਈਵਾਲ ਦਾ ਬੱਚਾ ਹਾਂਜੀ ਸਾਈਵਾਲ ਕ੍ਰਾਸ ਹੈ ਅੱਛਾ ਤੇ ਉਹਦਾ ਪਰੇ ਬੱਚਾ ਕਾਲਾ ਬੱਜਾ ਦਾ ਬਲੈਕ ਕਲਰ ਦਾ ਹਾਂਜੀ ਇਹ ਵੀ ਸਾਈਵਾਲ ਨਸਲ ਦਾ ਜੀ ਅੱਛਾ ਜੀ ਹਾਂਜੀ ਦੋਂਦਾ ਹੈ ਮੂੰਹ ਤੋਂ ਸਹੀ ਵਜ਼ਨ ਇਹਦਾ 3.5 ਮਾਣ ਅੱਛਾ ਅਸਲ 'ਚ ਨਾ ਮਹਿੰਗਾਈ ਦਾ ਦੌਰ ਹੈ ਤੁਹਾਨੂੰ ਪਤਾ ਪਾਕਿਸਤਾਨ ਦੇ ਹਾਲਾਤ ਜਿਸ ਤਰ੍ਹਾਂ ਦੇ ਨੇ ਹਰ ਬੰਦੇ ਦਾ ਦਿਲ ਕਰਦਾ ਕੁਰਬਾਨੀ ਦੇਣ ਨੂੰ ਲੇਕਿਨ ਤੁਹਾਡੇ ਕੋਲ ਸਸਤੇ ਤੋਂ ਸਸਤਾ ਬੱਚਾ ਜਿਹੜਾ ਉਹ ਕਿੰਨੇ ਕ ਦਾ ਤੇ ਜਿਹੜਾ ਮਹਿੰਗੇ ਤੋਂ ਮਹਿੰਗਾ ਕਿੰਨੇ ਕ ਦਾ ਬੱਚਾ ਤੁਹਾਡੇ ਕੋਲ ਮਹਿੰਗੇ ਤੋਂ ਮਹਿੰਗਾ ਜੀ ਸਾਡੇ ਕੋਲ 1.5 ਲੱਖ ਤੱਕ ਵੀ ਬੱਚਾ ਹੋਰ ਵੀ ਬੱਚੇ ਵੱਜੇ ਦੇ ਨੇ ਕਾਫੀ ਠੀਕ ਹੈ ਪਿੱਛੇ ਦੂਸਰੀ ਵੇਲੀ 'ਚ ਬੱਚੇ ਵੱਜੇ ਦੇ ਨੇ ਬਾਹਰ ਵੀ ਬੱਚੇ ਲੈਦੇ ਨੇ ਸਹੀ ਹੈ ਕੋਈ 20 25 30 ਬੱਚੇ ਆਂ ਸੇਲ ਕੀਤੇ ਨੇ ਅੱਗੇ ਸਹੀ ਹੈ 60,000 ਤੋਂ ਸਟਾਰਟ ਹੋਣ ਦਾ ਸਾਡਾ ਬੱਚਾ ਜਿਹੜਾ ਛੋਟੇ ਤੋਂ ਛੋਟਾ ਵੀ ਸਹੀ ਹੈ 60,000 ਦਾ ਸਸਤਾ ਜਿਹੜਾ ਬੱਚਾ ਉਹ 60,000 ਰੁਪਏ ਦਾ ਬਾਕੀ ਮਹਿੰਗੇ ਤੋਂ ਮਹਿੰਗਾ 2.5 ਲੱਖ ਰੁਪਏ ਤੱਕ ਬੱਚਾ ਲੱਖ ਦਾ ਸਵਾ ਦਾ ਡੇਢ ਦਾ ਦੋ ਦਾ ਸਹੀ ਹੈ ਜਿਹੋ ਜਿਹਾ ਕਿਸੇ ਨੂੰ ਚਾਹੀਦਾ ਹੋਵੇ ਬੱਚਾ ਮਿਲੇਗਾ ਉਹੋ ਜਿਹਾ ਮਿਲੇਗਾ ਹਾਂਜੀ ਤੇ ਲੇਲੇ ਵੀ ਤੁਹਾਡੇ ਕੋਲ ਬੱਜੇ ਦੇ ਨੇ ਛਤਰੇ ਵੀ ਬੱਜੇ ਦੇ ਨੇ ਲੇਲੇ ਵੀ ਬੱਜੇ ਦੇ ਨੇ ਬਾਹਰ ਵੀ ਹੈ ਨੇ 5-6 ਲੇਲੇ ਲੈਦੇ ਜੀ ਅੱਛਾ ਜੀ ਹਾਂਜੀ ਇਹਨਾਂ ਦਾ ਕੀ ਰੇਟ ਹੈ ਇਹਨਾਂ ਦਾ ਜੀ 20,000 15,000 25 30 ਜਿਸ ਤਰ੍ਹਾਂ ਕਿਸੇ ਨੇ ਜਿਹੜੇ ਰੇਟ ਦਾ ਲੈਣਾ ਫਿਰ ਇਹਦਾ ਮਤਲਬ ਤੁਹਾਡਾ ਸਸਤਾ ਸਾਡੇ ਨੂਰਕੋਟ ਸ਼ਹਿਰ ਦੇ ਨਾ ਉੱਥੇ ਤੇ ਬਹੁਤ ਮਹਿੰਗਾ ਕਿਸਾਈਆਂ ਨੇ ਜਿਹੜੇ ਲਾਏ ਨੇ ਇਹ ਤੇ ਬਹੁਤ ਸਸਤੇ ਨੇ ਉਸ ਹਿਸਾਬ ਨਾਲ 20,000 ਤੋਂ ਰੱਖ ਕੇ ਤੇ 40,000 ਤੱਕ ਲੈ ਲੈ ਸਹੀ ਹੈ ਸਾਡੇ ਭਾਈ ਆਏ ਨੇ ਇੱਕ ਬੱਚਾ ਦੇਖਣ ਉਹਨਾਂ ਨੂੰ ਵੀ ਪੁੱਛਣਾ ਕਿ ਤੁਹਾਨੂੰ ਇਹਨਾਂ ਦੇ ਬੱਚਿਆਂ 'ਚੋਂ ਕੋਈ ਬੱਚਾ ਪਸੰਦ ਆਇਆ ਕਿ ਨਹੀਂ ਆ ਆਇਓ ਭਾਈ ਨਾਲ ਗੱਲ ਕਰਨੇ ਆ ਅਸਲਾਮ ਅਲੈਕਮ ਭਾਈ ਕੀ ਹਾਲ ਆ ਭਾਈ ਠੀਕ ਠਾਕ ਜੀ ਆਪਣਾ ਕੀ ਨਾਮ ਆ ਭਾਈ ਜੀ ਯਾਸੀਨ ਯਾਸੀਨ ਕਿਹੜਾ ਪਿੰਡ ਜੇ ਲੰਗਾਪਟੀ ਅੱਛਾ ਲੰਗਾਪਟੀਆਂ ਤੋਂ ਆਇਓ ਤੁਸੀਂ ਤੇ ਬੱਚਾ ਦੇਖਣ ਆਇਓ ਬੱਚਾ ਵੇਖਣ ਵਾਸਤੇ ਅੱਛਾ ਕੋਈ ਬੱਚਾ ਪਸੰਦ ਆਇਆ ਤੁਹਾਨੂੰ ਬੱਚਾ ਸਾਨੂੰ ਪਸੰਦ ਆਇਆ ਸ਼ੌਕਤ ਭਾਈ ਕੋਲ ਗੋਰੇ ਰੰਗ ਦਾ ਲਾਲ ਰੰਗ ਦਾ ਲਾਲ ਰੰਗ ਵਾਲਾ ਚਿੱਟਾ ਤੇ ਲਾਲ ਆ ਹਾਂਜੀ ਤੇ ਸ਼ੌਕਤ ਭਾਈ ਕੀ ਮੰਗਦੇ ਪਿਓ ਬੱਚੇ ਦਾ ਤੁਸੀਂ 1.5 ਲੱਖ ਰੁਪਇਆ ਜੀ 1.5 ਲੱਖ ਰੁਪਇਆ ਹਾਂਜੀ 1.5 ਲੱਖ ਰੁਪਇਆ ਮੰਗਦੇ ਪਿਓ ਤੇ ਯਾਸੀਨ ਭਾਈ ਤੁਸੀਂ ਕਿੰਨਾ ਦੇਣਾ ਚਾਹੁੰਦੇ ਸ਼ੌਕਤ ਭਾਈ ਜਾਇਜ਼ ਪੈਸੇ ਮੰਗੋ 1,30,000 ਰੁਪਇਆ ਦੇ ਦਿੰਦੇ ਆ ਲਓ ਜੀ ਯਾਸੀਨ ਭਾਈ ਕਹਿੰਦੇ ਕਿ ਮੈਂ 1,30,000 ਲਾਇਆ ਤੇ ਸ਼ੌਕਤ ਭਾਈ 1.5 ਲੱਖ ਮੰਗਦੇ ਪਏ ਨੇ ਆਪਣੇ ਨਾ ਸ਼ੌਕਤ ਭਾਈ ਕੋ ਗੰਜਾਇਸ਼ ਨਹੀਂ ਹੋ ਸਕਦੀ ਗੰਜਾਇਸ਼ ਹੈ ਵੀ ਬਾਹਰ ਪੈਸੇ ਬੜੇ ਭਰਨੇ ਪੈਂਦੇ ਪਏ ਨੇ ਸਾਨੂੰ ਸਹੀ ਆ ਬਾਹਰ ਬਹੁਤ ਰੇਟ ਨੇ ਘਰਾਂ 'ਚ ਜਦੋਂ ਲੈਣ ਜਾਂਦੇ ਆ ਉਹ ਤਾਂ ਬਹੁਤ ਰੇਟ ਮੰਗਦੇ ਨੇ ਸਹੀ ਆ ਤੇ ਫਿਰ ਅਸੀਂ ਵੀ ਇਸੇ ਤਰ੍ਹਾਂ ਬਣਾਉਂਦਾ ਅਸੀਂ ਥੋੜੇ ਬਹੁਤੇ ਕਮਾਉਣੇ ਹੁੰਦੇ ਨੇ ਖਰਚੇ ਸਾਡੇ ਬੜੇ ਨੇ ਚੋਕਰ ਪਾਉਣਾ ਵੰਡਾ ਪਾਉਣਾ ਹੋਰ ਬੜੇ ਕੰਮ ਨੇ ਪੱਠੇ ਮੁੱਲ ਦੇ ਲੈ ਕੇ 10,000 ਨੂੰ ਜਵਾਰ ਲੈ ਕੇ ਪਾਣੀ ਉਹ ਫਿਰ ਅਸੀਂ ਵੀ ਖਰਚਾ ਇਹਨਾਂ ਤੋਂ ਕੱਢਣਾ ਨਾ ਅਸੀਂ ਕਿੱਥੋਂ ਕੱਢਣਾ ਖਰਚਾ ਅੱਛਾ ਪੱਠੇ ਵੀ ਮੁੱਲ ਦੇ ਪਾਉਂਦੇ ਹੋ ਤੁਸੀਂ ਮੁੱਲ ਦੇ ਪੱਠੇ ਜੀ ਮੁੱਲ ਤੇ ਬਾਕੀ ਚੋਕਰ ਵਗੈਰਾ ਹਰ ਚੀਜ਼ ਮੁੱਲ ਦੀ ਲਿਆ ਕੇ ਪਾਣੀ ਆ ਹਰ ਚੀਜ਼ ਮੁੱਲ ਇਹ ਕਿੰਨਾ ਕੁ ਖਰਚਾ ਆਇੰਦਾ ਤੁਹਾਡਾ ਅਸੀਂ ਉਹ ਖਰਚਾ ਕਰਦੇ ਰਹਿੰਦੇ ਆ ਜੀ ਜੀ ਉਹ ਹਿਸਾਬ ਨਾਲ ਹੀ ਇਹ ਖਰਚਾ ਐਂਡ ਤੇ ਜਾ ਕੇ ਹਿਸਾਬ ਕਰਨੇ ਆ ਮਸਾਂ ਕਿ ਹੁਣ ਤੱਕ ਤੁਹਾਡਾ ਕਿੰਨਾ ਕੁ ਖਰਚਾ ਹੋ ਗਿਆ ਤਕਰੀਬਨ ਕੋ 50,000 ਦੇ ਲਾਗੇ ਪਹੁੰਚ ਗਏ ਆ ਅਸੀਂ ਅੱਛਾ 50,000 ਰੁਪਇਆ ਖਰਚਾ ਹੋ ਗਿਆ ਤੁਹਾਡਾ 15-20 ਦਿਨਾਂ 'ਚ ਹਾਂਜੀ ਅੱਛਾ ਜੀ ਆਪਣੇ ਨਾਜ਼ਰੀਨ ਆਪਣੇ ਕੋਸ਼ਿਸ਼ ਕਰਨੇ ਅਸੀਂ ਕਿ ਸਾਡੇ ਭਰਾ ਦਾ ਰੇਟ ਬਣ ਜੇ ਯਾਸੀਨ ਦਾ ਸ਼ੌਕਤ ਨਾਲ ਬਾਕੀ ਹੈ ਕਿ ਅਗਰ ਕਿਸੇ ਸਾਡੇ ਇਲਾਕੇ 'ਚ ਤਹਿਸੀਲ ਸ਼ਕਰਗੜ੍ਹ ਜ਼ਿਲ੍ਹਾ ਨਾਰੋਲ 'ਚੋਂ ਅਗਰ ਕਿਸੇ ਨੇ ਸ਼ੌਕਤ ਭਾਈ ਨਾਲ ਰਾਬਤਾ ਕਰਨਾ ਹੋਏ ਤਾਂ ਇਹਨਾਂ ਦੇ ਦੋਨੋਂ ਨੰਬਰ ਟੈਲੀਨਰ ਜਾਇਜ਼ ਨੰਬਰ ਜਿਹੜੇ ਨੇ ਸਕਰੀਨ ਤੇ ਚੱਲਦੇ ਪਏ ਨੇ ਤੁਸੀਂ ਦੇਖਦੇ ਪਿਓ ਬਾਕੀ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ ਮੁੰਡੀ ਖੇਲ ਸਟਾਪ ਤੇ ਨਾ ਇਹਨਾਂ ਨੇ ਆਪਣੇ ਬਾਹਰ ਹਵੇਲੀ 'ਚ ਆਪਣੇ ਬੱਚੇ ਬੰਨੇ ਦੇ ਨੇ ਨਾਲ ਲੇਲੇ ਛਤਰੇ ਬੰਨੇ ਦੇ ਅਗਰ ਕਿਸੇ ਭਾਈ ਨੇ ਰਾਬਤਾ ਕਰਨਾ ਤਾਂ ਰਾਬਤਾ ਕਰਕੇ ਵੀ ਆ ਸਕਦੇ ਨੇ ਡਾਇਰੈਕਟ ਮੁੰਡੀ ਖੇਲ ਸਟਾਪ ਤੇ ਵੀ ਆ ਕੇ ਸ਼ੌਕਤ ਭਾਈ ਦਾ ਪੁੱਛ ਸਕਦੇ ਹੋ ਜਿਸ ਤਰ੍ਹਾਂ ਕਿ ਯਾਸੀਨ ਭਾਈ ਲੈਣ ਆਏ ਦੇ ਸੀ ਇਸ ਤਰ੍ਹਾਂ ਤੁਸੀਂ ਵੀ ਆ ਕੇ ਦੇਖੋ ਸਸਤੇ ਤੋਂ ਸਸਤਾ ਬੱਚਾ ਵੀ ਤੁਹਾਨੂੰ ਮਿਲ ਜਾਏਗਾ
और महंगे तो महंगा भी मिल जाएगा। जिस तरह का तुम बच्चा चाहोगे, जिस रेट का बच्चा चाहोगे, उस रेट का जानवर तुम जो मिल जाएगा इंशाल्लाह ताला मिलेगा, जरूर मिलेगा। और शौकत भाई ने बहुत सारे बच्चे ले ले छतरे पहले भी सेल किए ने, हूँ भी वो कह रहे हैं कि साड़ी दूसरी हवेली से भी जानवर बजे ने और एक साड़ी गड्डी आ भी रही है लैके बच्चे। बाकी है कि जरूर विजिट करो अपने मुंडीखेल स्टाफ का, तुम इतों की गुजरते हो नारवल न शकरगढ़ अपने बसा से, मुंडीखेल स्टाफ से जोड़े ने बच्चे बजे ने, तो जो मर्जी आके तुम वेख सकते हो। थोड़े दिन रह गए ईद से, आके अपने बच्चे देखो पसंद करो तो अपने कम कीमत बच्चे खरीद के जोड़े ना तुम जाओ। जो इन्होंने मेहनत करते पे ने जानवर सेल कर अपने सेवा करते पे ने और इन्हों की कमाई से अल्लाह सोना बरकत है ता फरमाए और अल्लाह ताला तुहानू भी खुश रखे जी। और जोड़े जोड़े दोस्तों ने कुरबानी देनी है ना, वह जरूर आन इतने मुंडीखेल स्टाफ से आके बच्चा पसंद कर, सस्ते तो सस्ता भी महंगे तो महंगा भी। बाकी है कि अगर साड़ी वीडियो आज की अच्छी लगी हो यार, वीडियो में लाइक शेयर लाजमी करो, अपन दुआव जी याद रखियो, अपने तनवीर खान कावश में दियो इजाजत, अल्लाह हाफिज़।